ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਗਿਲਜ ਮੈਂਟਰ ਦੇ ਅਫੀਸ਼ੀਅਲ YouTube ਚੈਨਲ ਤੇ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਅੱਜ ਦੇ ਮੇਨ ਸਮਾਚਾਰਾਂ 'ਚ ਮੈਂ ਤੁਹਾਡਾ ਸਵਾਗਤ ਕਰ ਰਿਹਾ ਹਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਡਿਟੇਲ ਵਾਈਜ਼ ਸਾਂਝੀ ਕਰਾਂਗਾ ਕਿਹੜੇ-ਕਿਹੜੇ ਡਿਪਾਰਟਮੈਂਟਸ ਕਿਹੜੀਆਂ-ਕਿਹੜੀਆਂ ਪੋਸਟਾਂ ਆਊਟ ਹੋਈਆਂ ਨੇ ਤੁਸੀਂ ਕਿੱਦਾਂ ਫਾਰਮ ਭਰ ਸਕਦੇ ਹੋ ਕਿ ਕਿ ਐਲੀਜੀਬਿਲਿਟੀ ਰੱਖੀ ਗਈ ਹੈ ਤੁਹਾਡਾ ਸਿਲੈਕਸ਼ਨ ਕਿੱਦਾਂ ਹੋਏਗਾ ਜੇਕਰ ਤੁਸੀਂ ਚਾਹੋ ਤਾਂ ਤੁਹਾਡੇ ਤੱਕ ਇਦਾਂ ਹੀ ਸਰਕਾਰੀ ਅਸਾਮੀਆਂ ਲੇਟੈਸਟ ਜਾਣਕਾਰੀ ਪੇਪਰ ਦੇ ਸਬੰਨ ਸਿਲੇਬਸ ਦੇ ਸਬੰਨ ਇੰਪੋਰਟੈਂਟ ਅਪਡੇਟਸ ਤੁਹਾ ਤਾਂ ਤੁਸੀਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਹੀਂ ਭੁੱਲਣਾ ਡਿਸਕ੍ਰਿਪਸ਼ਨ ਬਾਕਸ ਦਿੱਤੇ ਹੈ ਕਿ ਸਾਡੇ ਇੰਸਟਾਗ੍ਰam, ਟੈਲੀਗ੍ਰam, ਵਟਸਐਪ ਤੇ ਕਲਿੱਕ ਕਰਕੇ ਜੁੜ ਸਕਦੇ ਹੋ ਜਿੱਥੇ ਤੁਹਾਨੂੰ ਇੰਪੋਰਟੈਂਟ ਅਪਡੇਟਸ ਔਰ ਫ੍ਰੀ ਜ ਮੈਗਜ਼ੀਨਸ ਪੀਡੀਫਸ ਸਭ ਤੋਂ ਪਹਿਲਾਂ ਸ਼ੇਅਰ ਕੀਤੇ ਜਾ ਰਹੇ ਨੇ ਮੈਂ ਤੁਹਾਨੂੰ ਹੁਣ ਲੈ ਕੇ ਚੱਲਾਂਗਾ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਉੱਥੇ ਵੇਖਾਂਗੇ ਪੂਰੀ ਡਿਟੇਲ ਵਾਈਜ਼ ਕੀ ਕੀ ਜਾਣਕਾਰੀ ਹੈ ਦੋਸਤੋ ਸਭ ਤੋਂ ਪਹਿਲਾ ਨੋਟੀਫਿਕੇਸ਼ਨ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਪੂਰਥਲਾ ਵਿਖੇ ਤਕਰੀਬਨ 15 ਪੋਸਟਾਂ ਆਊਟ ਕੀਤੀਆਂ ਗਈਆਂ ਹੈ ਦੱਸਣਾ ਚਾਹਾਂਗਾ ਕਿ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਤੁਸੀਂ ਆਪਣੇ ਫਾਰਮ ਯਾਨੀ ਆਫਲਾਈਨ ਭੇਜਣੇ ਨੇ ਅਖੀਰਲੀ ਮਿਤੀ 25 ਫਰਵਰੀ 2020 ਰੱਖੀ ਗਈ ਹੈ ਔਰ ਇਹਦੇ ਲਈ ਟੋਟਲ 15 ਪੋਸਟਾਂ ਨੇ ਔਰ ਇਹ 15 ਪੋਸਟਾਂ সুইਪਰ ਫੋਰ ਦਾ ਜੁਡੀਸ਼ੀਅਲ ਕੋਰਟ ਕੰਪਲੈਕਸ ਕਪੂਰਥਲਾ ਵਿਖੇ ਤੁਹਾਡੀ ਭਰਤੀ ਹੋਏਗੀ ਇਹਨਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜੋ ਪੋਸਟਾਂ ਨੇ ਇੱਕ ਕੰਟਰੈਕਟ ਬੇਸ ਤੇ ਹੋਣਗੀਆਂ ਔਰ ਇਹਦੇ ਲਈ ਪੰਜਾਬੀ ਪਾਸ ਮਿਡਲ ਕਲਾਸ ਲਾਜ਼ਮੀ ਹੈ ਅਤੇ ਉਮਰ ਦੇ ਵਿੱਚ ਛੋਟ ਦਿੱਤੀ ਜਾਏਗੀ ਐਸ ਪਰ ਦਾ ਹਨਰੇਬਲ ਹਾਈ ਕੋਰਟ ਔਰ ਪੰਜਾਬ ਗਵਰਨਮੈਂਟ ਦੇ ਰੂਲ ਦੇ ਮੁਤਾਬਿਕ ਹੈ ਹੋਰ ਇਹਦੇ ਚ ਜਾਣਕਾਰੀ ਕੀ ਕੁਛ ਹੈ ਕਿ ਇੰਟਰੂ ਜੋ ਹੈਗਾ ਯਾ ਸਵੀਪਰ ਇਹ ਹੋਗਾ 26 ਤਰੀਕ ਨੂੰ ਯਾਨੀ ਇਸੇ ਮਹੀਨੇ ਦੇ 26 ਫਰਵਰੀ ਨੂੰ ਤੁਹਾਡਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਪੂਰਥਲਾ ਵਿਖੇ ਇੰਟਰੂ ਲਿਆ ਜਾਏਗਾ ਬਿਨਾ ਕਿਸੇ ਲਿਖਤੀ ਪੇਪਰ ਤੋਂ ਤੁਹਾਡਾ ਸਿਲੈਕਸ਼ਨ ਹੋਏਗਾ 18 ਤੋਂ ਲੈ ਕੇ 35 ਸਾਲ ਤੱਕ ਦੀ ਉਮਰ ਰੱਖੀ ਗਈ ਹੈ ਔਰ ਇੱਥੇ ਬਿਨਾ ਕਿਸੇ ਫੀਸ ਤੋਂ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ ਦੱਸਣਾ ਚਾਹਾਂਗਾ ਸੁਭਚਿੰਤ ਕੋ ਜੇ ਤੁਹਾਨੂੰ ਪੂਰੀ ਡਿਟੇਲ ਇਹਦੇ ਵਿੱਚ ਹੋਰ ਵੀ ਚਾਹੀਦੀ ਹੈ ਤੇ ਇਸ ਦਿੱਤੇ ਗਏ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਪਤਾ ਕਰ ਸਕਦੇ ਹੋ ਔਰ ਇਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ ਜਿੱਥੇ ਤੁਸੀਂ ਆਪਣਾ ਫਾਰਮ ਡਾਊਨਲੋਡ ਕਰ ਸਕਦੇ ਹੋ ਔਰ ਇਹ ਪਰਫਾਰਮਾ ਪੁਰਕ ਕੇ ਪੂਰੀ ਡਿਟੇਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਾਂ ਜੋ ਵੀ ਤੁਹਾਡੇ ਕੋਲ ਡਿਟੇਲ ਹੈ ਤੁਹਾਡੇ ਗਿਵਨ ਅਕੋਰਡਿੰਗ ਟੂ ਦਾ ਡਾਟਾ ਉਹ ਭਰ ਕੇ ਤੁਸੀਂ ਆਪਣਾ ਫਾਰਮ 25 ਤਰੀਕ ਤੋਂ ਪਹਿਲਾਂ ਪਹਿਲਾਂ ਭੇਜਣਾ ਹੋਏਗਾ ਹੁਣ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਦੂਜੇ ਨੋਟੀਫਿਕੇਸ਼ਨ ਤੇ ਪਰੰਤੂ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਪਰਫਾਰਮਾ ਦਿਖਾ ਦਵਾਂ ਕਿ ਇਹ ਫਾਰਮ ਹੈ ਇਸ ਪੂਰੇ ਦੇ ਪੂਰੇ ਫਾਰਮ ਨੂੰ ਮੈਂ ਇਸ ਵੀਡੀਓ ਦੇ ਕਮੈਂਟ ਬਾਕਸ 'ਚ ਅਟੈਚ ਕਰ ਦਾਂਗਾ ਜਿੱਥੋਂ ਤੁਸੀਂ ਆਰਾਮ ਨਾਲ ਇਹਨੂੰ ਡਾਊਨਲੋਡ ਕਰਕੇ ਔਰ ਪੂਰਾ ਫਾਰਮ ਪ੍ਰਿੰਟ ਆਊਟ ਕਢਾ ਕੇ ਭਰ ਕੇ ਭੇਜ ਸਕਦੇ ਹੋ ਚਲਦੇ ਹਾਂ ਦੋਸਤੋ ਦੂਜੇ ਨੋਟੀਫਿਕੇਸ਼ਨ ਵੱਲ ਉੱਥੇ ਵੇਖਦੇ ਹਾਂ ਬਦਿਰੀ ਜਾਣਕਾਰੀ ਕੀ ਦੋਸਤੋ ਦੂਜਾ ਨੋਟੀਫਿਕੇਸ਼ਨ ਹੈ ਪੰਜਾਬ ਬਾਇਓਟੈਕਨੋਲੋਜੀ ਦੇ ਵਿੱਚ ਪੋਸਟਾਂ ਆਊਟ ਹੋਈਆਂ ਨੇ ਰਿਕਰੂਟਮੈਂਟ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਹਾਲਾਂਕਿ ਇੱਥੇ ਪੋਸਟਾਂ ਜ਼ਿਆਦਾ ਨਹੀਂ ਗਈਆਂ ਬਟ ਇਹਨਾਂ ਨੇ ਪ੍ਰੋਜੈਕਟ ਐਸੋਸੀਏਟਿਡ ਦੀ ਕਨਸੋਲੀਡੇਟ ਜੋ ਪੇ ਹੋਏਗੀ 25 संबंधित जिदी जो तनखा होएगी अठारह हज़ार रुपये पर मंथ होएगी ये संबंध तुम्हें अपना एप्लीकेशन फॉर्म है बारह मार्च तो पहला पहला सबमिट करना होएगा और अपना परफॉर्मा है तुसी पी बी टी आई लैब्स डॉट जी ओ वी डॉट इनते या आ, पी बी पी बी टी आई लैब्स डॉट कॉम् भी जाके परफॉर्मा डाउनलोड कर सकते हो दसना चाहवागा बिना किसी फीस तो यह और इंटरव्यू के जरिए होएगा ਇਸ ਤੋਂ ਬਾਅਦ ਅਗਲੀਆਂ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਕੇਂਦਰੀ ਵਿਦਿਆਲੇ ਇਹ ਹੈਗਾ ਵਾ ਤੁਹਾਡੇ ਕੋਲੇ ਬੱਦੋਵਾਲ ਕੈਂਟ ਡਿਸਟ੍ਰਿਕਟ ਲੁਧਿਆਣਾ ਵਿਖੇ ਪੋਸਟਾਂ ਆਊਟ ਹੋਈਆਂ ਨੇ ਇੱਥੇ ਪੀਜੀਟੀ ਟੀਜੀਟੀ ਪ੍ਰਾਇਮਰੀ ਟੀਚਰ ਟੀਜੀਟੀ ਕੰਪਿਊਟਰ ਸਾਇੰਸ ਕੰਪਿਊਟਰ ਇਨਸਟ੍ਰਕਟਰ ਡਾਕਟਰ ਨਰਸ ਕਾਉਂਸਲਰ ਸਪੋਰਟਸ ਕੋਚ ਯੋਗਾ ਟੀਚਰ 뮤직 ਟੀਚਰ ਦੇ ਸਬੰਧ ਵਿੱਚ ਇੱਥੇ ਪੋਸਟਾਂ ਆਊਟ ਕੀਤੀਆਂ ਗਈਆਂ ਦੱਸਣਾ ਚਾਹਾਂਗਾ ਕਿ ਇੰਟਰਵਿਊ ਰੱਖਿਆ ਗਿਆ ਵਾ ਉਹ 24 ਮਾਰਚ 2020 ਨੂੰ ਸਵੇਰੇ 8:00 ਵਜੇ ਰੱਖਿਆ ਗਿਆ ਹੈ ਉਹ ਰੱਖਿਆ ਗਿਆ ਪੀਜੀਟੀ ਟੀਜੀਟੀ ਪੋਸਟਾਂ ਲਈ ਇਸ ਤੋਂ ਇਲਾਵਾ ਪੀਜੀਟੀ ਜੋ ਕੰਪਿਊਟਰ ਸਾਇੰਸ ਹੈ ਯਾਨੀ ਟੌਪ ਨੰਬਰ 2 ਦੇ ਵਿੱਚ ਸੇਮ ਕੁਆਲਿਫੀਕੇਸ਼ਨ 25 ਮਾਰਚ ਨੂੰ ਤੁਹਾਡਾ ਇੰਟਰਵਿਊ ਹੋਏਗਾ ਇਹਦੇ ਸਬੰਧ ਵਿੱਚ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ ਔਰ ਅਖੀਰਲੀ ਮਿਤੀ ਹੋਏਗੀ 16 ਮਾਰਚ 2020 ਤੋਂ ਪਹਿਲਾਂ-ਪਹਿਲਾਂ ਆਪਣਾ ਫਾਰਮ ਭਰ ਕੇ ਭੇਜਣਾ ਹੋਏਗਾ ਜਿਹਦੀ ਜਾਣਕਾਰੀ ਤੁਹਾਨੂੰ ਇੱਥੇ ਦਿੱਤੇ ਗਏ ਇਸ ਲਿੰਕ ਤੇ ਕਲਿੱਕ ਕਰਕੇ ਲੈ ਸਕਦੇ ਹੋ ਇਹ ਕੇਂਦਰੀ ਵਿਦਿਆਲੇ ਬਰਦੋਵਾਲ ਕੈਂਟ ਲੁਧਿਆਣਾ ਵਿਖੇ ਵੀ ਤੁਸੀਂ ਗੂਗਲ ਸਰਚ ਕਰਕੇ ਆਪਣਾ ਫਾਰਮ ਡਾਊਨਲੋਡ ਕਰ ਸਕਦੇ ਹੋ ਹਿਦਾਇਤਾਂ ਐਸ ਪਰ ਦਾ ਕੇਵੀਐਸ ਨੋਰਮਸ ਦੇ ਮੁਤਾਬਿਕ ਰਹਿਣਗੀਆਂ ਟੀਚਰ ਪੋਸਟ ਲਈ ਤੁਹਾਡੇ ਕੋਲ ਬੀਐਡ ਦੇ ਨਾਲ ਨਾਲ ਡੀਐਲਡੀ ਜਾਂ ਤੁਹਾਡੇ ਕੋਲ ਟੀਚਰ ਐਲੀਮੈਂਟਰੀ ਟੀਚਰ ਜੋ ਡਿਪਲੋਮਾ ਸਰਟੀਫਿਕੇਟ ਹੈ ਉਹਦੇ ਨਾਲ ਅਗਰ ਬਹੁਤੇ ਸਟੂਡੈਂਟਸ ਨੇ ਖਾਸ ਤੌਰ ਤੇ ਯਾਦ ਰੱਖਣਾ ਹੈ ਕਿ ਜੋ ਅਪਲਾਈ ਕਰਨਗੇ ਜੋ ਆਲਰੇਡੀ ਟੀਚਿੰਗ ਲਾਈਨਸ ਨੇ ਤੁਸੀਂ ਸੀਟੈਟ ਜਾਂ ਟੈਟ ਪਾਸ ਕੀਤਾ ਹੋਣਾ ਲਾਜ਼ਮੀ ਹੈ ਅਗਲੀ ਪੋਸਟ ਹੈਗੀ ਆਫਿਸ ਆਫ ਦਾ ਨੈਕਸਟ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵਿਖੇ ਰਿਕਰੂਟਮੈਂਟ ਨੋਟੀਫਿਕੇਸ਼ਨ ਹੈ ਇਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਰਿਟਾਇਰ ਪਰਸਨਲ ਪੋਸਟ ਲਈ ਮੰਗਿਆ ਗਿਆ ਹੈ ਅਕਾਊਂਟੈਂਟ ਐਂਡ ਲੀਡ ਏਜੰਸੀ ਰੋਡ ਸੇਫਟੀ ਦੇ ਸਬੰਧ ਵਿੱਚ ਪੋਸਟਾਂ ਮੰਗੀਆਂ ਗਈਆਂ ਨੇ ਇਦੇ 'ਚ 20000 ਰੁਪਏ ਪਰ ਮੰਥ ਸੈਲਰੀ ਹੋਏਗੀ ਔਰ 5 ਸਾਲ ਦਾ ਘੱਟੋ-ਘੱਟ ਤਜਰਬਾ ਹੋਣਾ ਚਾਹੀਦਾ ਹੈ ਅਖੀਰਲੀ ਮਿਤੀ ਐ ਫਾਰਮ ਅਪਲਾਈ ਕਰਨ ਦੀ ਉਹ ਰੱਖੀ ਗਈ ਹੈ 28 ਫਰਵਰੀ 2020 ਹੈ ਔਰ ਇਹਦੇ ਸੰਬੰਧ 'ਚ ਯਾਨੀ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੀ ਅਫੀਸ਼ੀਅਲ ਵੈਬਸਾਈਟ ਤੋਂ ਜਾ ਕੇ ਤੁਸੀਂ ਆਪਣਾ ਫਾਰਮ ਡਾਊਨਲੋਡ ਕਰ ਸਕਦੇ ਹੋ ਬਿਨਾ ਕਿਸੇ ਫਾਰਮ ਫੀਸ ਤੋਂ ਤੁਸੀਂ ਫਾਰਮ ਭੇਜਣਾ ਵਾ ਔਰ ਡਾਇਰੈਕਟ ਇੱਥੇ ਇੰਟਰਵਿਊ ਦੇ ਜ਼ਰੀਏ ਤੁਹਾਡਾ ਸਿਲੈਕਸ਼ਨ ਹੋਏਗਾ ਅੰਤ ਵਿੱਚ ਨੋਟੀਫਿਕੇਸ਼ਨ ਹੈ ਬਿਊਰੋ ਆਫ ਇੰਡੀਅਨ ਜੋ ਸਟੈਂਡਰਡਸ ਵਾਰੇ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ ਇੱਥੇ ਪੋਸਟਾਂ ਨੇ ਦੋ ਤਰੀਕੇ ਦੀਆਂ ਨੇ ਇੱਕ ਤਾਂ ਟੈਕਨੀਕਲ ਅਸਿਸਟੈਂਟ ਹੈ ਲੈਬਰਾਟਰੀ ਦੇ ਸਬੰਧ ਵਿੱਚ ਨੇ 30 ਪੋਸਟਾਂ ਔਰ ਸੀਨੀਅਰ ਟੈਕਨੀਸ਼ੀਅਨ ਦੀਆਂ 20 ਪੋਸਟਾਂ ਨੇ ਟੋਟਲ 50 ਪੋਸਟਾਂ ਦੀ ਜਾਣਕਾਰੀ ਇੱਥੇ ਮੰਗੀ ਗਈ ਹੈ ਇਹਦੇ ਸਬੰਧ ਵਿੱਚ ਤੁਸੀਂ ਆਪਣਾ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਫਾਰਮ ਭਰ ਸਕਦੇ ਹੋ 12 ਕੈਮੀਕਲਸ ਹੈ 12 ਨੈਕਸਟ ਮੰਗੀਆਂ ਗਈਆਂ ਤੁਹਾਡੇ ਕੋਲੋਂ मकैनीकल है एंड नैक्सट है दो इलैक्ट्रीकल है और छे माइक्रोबाइलोजी है और पांच सिविल है एंड ये तुम दसना चाहवाँगा कि एब्रीवे दे रखी हैं पी डब्ल्यू डी है एचआई है यू आर है ओ बी सी है एस सी एस टी की पूरी जानकारी दे रखी है ਇਦੇ ਸਬੰਧ ਵਿੱਚ ਤੁਸੀਂ ਯਾਦ ਰੱਖਣਾ ਕਿ ਰਜਿਸਟ੍ਰੇਸ਼ਨ 17 ਮਾਰਚ ਫਰਵਰੀ ਤੋਂ ਲੈ ਕੇ 8 ਮਾਰਚ ਤੱਕ ਆਨਲਾਈਨ ਅਪਲਾਈ ਕਰ ਸਕਦੇ ਹੋ ਆਨਲਾਈਨ ਅਪਲਾਈ ਕਰਨ ਦੀ ਜੋ ਲਿੰਕ ਹੋਏਗਾ ਜੋ ਵੈਬਸਾਈਟ ਹੈ www.bis.gov.in ਤੇ ਵਾਪਸ ਤੋਂ bis.gov.in ਤੇ ਜਾ ਕੇ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ ਅਗਰ ਤੁਹਾਡੇ ਚ ਕੋਈ ਵੀ ਕੈਂਡੀਡੇਟ ਇੱਥੇ ਫਾਰਮ ਭਰਨਾ ਚਾਹੁੰਦਾ ਹੈ ਆ ਦੱਸਣਾ ਚਾਹਾਂਗਾ 100 ਰੁਪਏ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਹੈ ਅਤੇ ਇਹਦੇ ਨਾਲ ਨਾਲ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਵੀ ਤੁਹਾਨੂੰ ਪੂਰਨ ਤੌਰ ਤੇ ਉੱਥੇ ਡਿਟੇਲ ਵਾਈਜ਼ ਮਿਲ ਜਾਏਗਾ ਦੋਸਤੋ ਅੱਜ ਦੇ ਇਸ ਮੁੱਖੇ ਸਮਾਚਾਰਾਂ ਦੇ ਵਿੱਚ ਗੱਲ ਕਰਾਂ ਔਰ ਅੱਜ ਦੇ ਪੂਰਨ ਤੌਰ ਤੇ ਇਸ ਸੈਸ਼ਨ ਦੇ ਵਿੱਚ ਇਹੀ ਇੰਪੋਰਟੈਂਟ ਨਿਊਜ਼ ਸੀਗੀ ਜੋ ਤੁਹਾਡੇ ਨਾਲ ਮੈਂ ਡਿਟੇਲ ਵਾਈਜ਼ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਪੂਰੀ ਡਿਟੇਲ ਸਮਝ ਆ ਗਈ ਹੋਵੇ ਤੇ ਇਸ ਪਲੀਜ਼ ਸੈਸ਼ਨ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਓ ਤਾਂਕਿ ਸਾਰੇ ਸਟੂਡੈਂਟਸ ਤੱਕ ਪੂਰਨ ਤੌਰ ਤੇ ਜਾਣਕਾਰੀ ਪਹੁੰਚ ਜਾਵੇ ਥੈਂਕ ਯੂ ਸੋ ਮੱਚ ਔਰ ਤੁਸੀਂ ਬਹੁਤ ਬਹੁਤ ਆਪਣਾ ਇਸ ਲਈ ਮੈਂ ਤੁਹਾਡਾ ਸ਼ੁਕਰੀਆ ਕਰਾਂਗਾ ਜੁੜੇ ਰਹੋ ਗਿਲਜ ਮੈਂਟਰ ਨਾਲ ਮਿਲਦੇ ਹਾਂ ਫਿਰ ਨੈਕਸਟ ਤਦ ਤੱਕ ਖਿਆਲ ਰੱਖਾਂਗੇ ਟੇਕ ਕੇਅਰ ਬਾਏ ਬਾਏ